ਸਬਸਕ੍ਰਾਈਬ ਕਰਕੇ ਘੰਟੀ ਨਹੀਂ ਵਜਾਓਗੇ ਤੇ ਤੋਹੀ ਮੋਹੀ ਚੈਨਲ ਨਾਲ ਕਿਸ ਤਰ੍ਹਾਂ ਜੁੜੋਗੇ? ਤੇ ਪ੍ਰੈਸ ਕਰੋ ਘੰਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਭਾਈ ਸਾਹਿਬ, ਗੁਰੂ ਨਾਨਕ ਦੇਵ ਜੀ ਦਾ ਜਦ ਇੱਥੇ ਆਨੰਦ ਕਾਰਜ ਹੋਇਆ ਹੈ ਮਾਤਾ ਸੁਲੱਖਣੀ ਜੀ ਨਾਲ, ਤੇ ਉਹ ਕਿੰਨੀ ਦੂਰ ਸਥਾਨ ਹੈਗਾ? ਗੁਰਦੁਆਰਾ ਸੱਤ ਕਰਤਾਰੀਆਂ ਸਾਹਿਬ ਜੀ, ਜੋ ਕਿ ਬਟਾਲੇ ਨਗਰ ਦੇ ਵਿੱਚ ਹੈ। ਅੱਛਾ ਜੀ। ਅੱਜ ਵੀ ਬਟਾਲੇ ਨਗਰ ਦੇ ਵਿੱਚ ਉਹ ਕੱਚੀ ਕੰਧ ਜਿਹਦੇ ਸੰਗਤਾਂ ਦਰਸ਼ਨ ਕਰਦੀਆਂ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਆਦਰਸ਼ਕ ਵਿਆਹ ਦਾ ਨਮੂਨਾ ਅੱਜ ਵੀ ਉਹ ਬਟਾਲੇ ਵਾਲੀ ਜਿਹੜੀ ਕੱਚੀ ਕੰਧ ਹੈ ਉਹ ਪੇਸ਼ ਕਰ ਰਹੀ ਹੈ ਔਰ ਸੰਗਤਾਂ ਦਰਸ਼ਨ ਕਰਦੀਆਂ। ਬਟਾਲਾ ਨਗਰ ਹੈ ਜੀ, ਇੱਥੋਂ ਸੁਲਤਾਨਪੁਰ ਲੋਧੀ ਤੋਂ ਕੋਈ ਤਕਰੀਬਨ ਹੋਏਗਾ ਜੀ ਕੋਈ ਸਵਾ ਸੌ ਕਿਲੋਮੀਟਰ ਤਾਂ ਹੋਏਗਾ। ਅੱਛਾ, ਤੇ ਇੱਥੇ ਫਿਰ ਅੱਛਾ ਜਦ ਗੁਰੂ ਨਾਨਕ ਦੇਵ ਜੀ ਜੋ ਇੱਥੇ ਆਏ ਸੀ ਤੇ ਉਹ ਕਿਹਦੇ ਕੋਲ ਆਏ ਸੀ ਔਰ ਕਿਸ ਉਦੇਸ਼ ਤੇ ਪਿਤਾ ਨੇ ਭੇਜਿਆ ਸੀ? ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਜਦੋਂ ਚੂੜਕਾਣੇ ਰਾਏ ਭੋਏ ਦੀ ਤਲਵੰਡੀ ਦੇ ਨਜ਼ਦੀਕ ਪਾਕਿਸਤਾਨ ਦੇ ਵਿੱਚ ਜਦੋਂ ਪਿਤਾ ਜੀ ਨੇ 20 ਰਜਤਪਨ ਦੇ ਕੇ ਸੌਦਾ ਖਰੀਦਣ ਵਾਸਤੇ ਮਹਾਰਾਜ ਨੂੰ ਭੇਜਿਆ ਕਿ ਆਪ ਜੀ ਹੱਟ ਪਾ ਲਵੋ ਜੀ ਅਤੇ ਸੌਦਾ ਖਰੀਦ ਕੇ ਲਿਆਓ ਜੀ, ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋ ਸਾਧੂ ਸਨ ਉਸ ਸਮੇਂ ਦੇ ਸੰਤ ਰੇਣ ਜੀ, ਉਹਨਾਂ ਦੀ ਜਿਹੜੀ ਸਾਧੂ ਮੰਡਲੀ ਸੀ ਉਹ ਕਈਆਂ ਦਿਨਾਂ ਤੋਂ ਭੁੱਖੀ ਸੀ। ਉਹ ਇਹੋ ਜਿਹੇ ਸਾਧੂ ਸੀ ਵੀ ਜੇ ਕੋਈ ਉਹਨਾਂ ਨੂੰ ਕੁਛ ਛਕਾ ਦਿੰਦਾ ਸੀ ਛਕ ਲੈਂਦੇ ਨਹੀਂ ਸੀ ਤਾਂ ਛਕ ਲੈਂਦੇ ਸੀ, ਨਹੀਂ ਤਾਂ ਭਜਨ ਬੰਦਗੀ ਸਿਮਰਨ ਪਰਮੇਸ਼ੁਰ ਦਾ ਕਰੀ ਜਾਂਦੇ ਸੀ, ਪਰਮੇਸ਼ੁਰ ਦੀ ਕੀਰਤੀ ਕਰਦੇ ਰਹਿੰਦੇ ਸੀ ਪਰ ਕਿਸੇ ਤੋਂ ਕੁਝ ਖਾਣ ਨੂੰ ਮੰਗਦੇ ਨਹੀਂ ਸੀ। ਅਤੇ ਮਹਾਰਾਜ ਜਾਣੀ ਜਾਣ ਹਨ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੇ ਦੇਖਿਆ ਕਿ ਕਈਆਂ ਦਿਨਾਂ ਤੋਂ ਇਹ ਸੰਤ ਜਿਹੜੇ ਭੁੱਖੇ ਨੇ ਪਰ ਮੰਗਦੇ ਕਿਸੇ ਕੋਲੋਂ ਨਹੀਂ, ਤਾਂ ਮਹਾਰਾਜ ਨੇ ਉਹ ਜਿਹੜੇ 20 ਰਜਤਪਨ ਸੀਗੇ ਉਹਨਾਂ ਦਾ ਪ੍ਰਸ਼ਾਦਾ ਜਿਹੜਾ ਸੀ ਉਹ ਮਹਾਰਾਜ ਨੇ ਆਪ ਵਰਤਾਇਆ, ਸਾਧੂ ਮੰਡਲੀ ਨੂੰ ਛਕਾਇਆ ਜੀ, ਤਾਂ ਸਾਰਾ ਪ੍ਰਬੰਧ ਜੋ ਮਹਾਰਾਜ ਜੀ ਨੇ ਉੱਥੇ ਚੂੜਕਾਣੇ ਦੀ ਧਰਤੀ 'ਤੇ ਕੀਤਾ। ਅਤੇ ਉਹ ਤੋਂ ਬਾਅਦ ਫਿਰ ਪਿਤਾ ਜੀ ਗੁੱਸੇ ਹੋਏ ਵੀ ਐਡੀ ਵੱਡੀ ਜਿਹੜੀ ਰਕਮ ਹੈ ਉਹ ਤੁਸੀਂ ਹੋਰ ਲੇਖੇ ਲਾ ਆਏ ਹੋ, ਜਿਸ ਕੰਮ ਵਾਸਤੇ ਭੇਜਿਆ ਸੀ ਉਹ ਕੰਮ ਕਾਰਜ ਤੁਸੀਂ ਕੀਤਾ ਨਹੀਂ। ਤਾਂ ਪਿਤਾ ਜੀ ਨੇ ਗੁੱਸੇ ਵਿੱਚ ਆ ਕੇ ਇਤਿਹਾਸ ਕਹਿੰਦਾ ਕਿ ਗੁਰੂ ਸਾਹਿਬ ਦੇ ਮੁੱਖ 'ਤੇ ਇੱਕ ਚਪੇੜ ਮਾਰ ਦਿੱਤੀ ਸੀ। ਅੱਛਾ ਜੀ। ਅਤੇ ਉਸ ਤੋਂ ਬਾਅਦ ਬੇਬੇ ਨਾਨਕੀ ਜੀ ਉਸ ਸਮੇਂ ਸੁਲਤਾਨਪੁਰੇ ਭਾਈਆ ਜੈ ਰਾਮ ਜੀ ਦੇ ਨਾਲ ਪ੍ਰਣਾਏ ਹੋਏ ਸੀ। ਅੱਛਾ ਜੀ। ਵਿਆਹੇ ਹੋਏ ਸਨ ਸੁਲਤਾਨਪੁਰ ਲੋਧੀ। ਅੱਛਾ ਜੀ। ਤਾਂ ਬੇਬੇ ਨਾਨਕੀ ਜੀ ਉਹਨਾਂ ਸਮਿਆਂ 'ਚ ਉੱਥੇ ਗਏ ਹੋਏ ਸਨ ਜੀ, ਅਤੇ ਜਦੋਂ ਪਿਤਾ ਜੀ ਨੇ ਮੁੱਖ 'ਤੇ ਚਪੇੜ ਮਾਰੀ ਅਤੇ ਦੂਸਰੀ ਚਪੇੜ ਮਾਰਨ ਲੱਗੇ ਤਾਂ ਭੈਣ ਜੀ ਬੇਬੇ ਨਾਨਕੀ ਜੀ ਨੇ ਪਿਤਾ ਜੀ ਦਾ ਹੱਥ ਫੜ ਲਿਆ ਸੀਗਾ ਜੀ। ਇਸ ਤਰ੍ਹਾਂ ਫਿਰ ਭੈਣ ਬੇਬੇ ਨਾਨਕੀ ਜੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਸੁਲਤਾਨਪੁਰ ਲੋਧੀ ਲੈ ਆਏ। ਇੱਥੇ ਭਾਈਆ ਜੈ ਰਾਮ ਜੀ ਨੇ ਆਪਣੇ ਅਸਰ ਰਸੂਖ ਦੇ ਅਨੁਸਾਰ ਜੀ ਗੁਰੂ ਸਾਹਿਬ ਜੀ ਨੂੰ ਨਵਾਬ ਦੌਲਤ ਖਾਂ ਦਾ ਜੋ ਮੋਦੀ ਸੀ ਉਹ ਲਗਵਾ ਦਿੱਤਾ। ਇੱਥੇ ਨੌਕਰੀ ਦੀ ਜਿਹੜੀ ਕਾਰ ਸੀ ਮੋਦੀ ਖਾਨੇ ਦੀ ਉਹ ਗੁਰੂ ਨਾਨਕ ਸਾਹਿਬ ਜੀ ਆ ਕੇ ਕਰਦੇ ਰਹੇ। ਯਾਨੀ ਕਿ ਦਰਸ਼ਕੋ ਪਿਤਾ ਨੇ ਜੋ ਹੈ ਉਹਨਾਂ ਨੂੰ ਬਿਜ਼ਨਸ ਵਾਸਤੇ ਕੁਛ ਪੈਸਾ ਦਿੱਤਾ, ਉਹਨਾਂ ਨੇ ਸੱਚਾ ਸੌਦਾ ਕੀਤਾ, ਆਪਣੇ ਭੁੱਖੇ ਸਾਧੂਆਂ ਨੂੰ ਲੰਗਰ ਪ੍ਰਸ਼ਾਦ ਛਕਾ ਦਿੱਤਾ। ਪਿਤਾ ਨੇ ਜਦ ਉਹਨਾਂ ਨੂੰ ਜੋ ਵੀ ਇਤਿਹਾਸ ਕਹਿੰਦਾ ਹੈ ਹੱਥ ਚੁੱਕਿਆ ਅਤੇ ਪੈਰ ਨੂੰ ਤਰਸ ਆ ਕੇ
ਔਰ ਭੈਣ ਜੋ ਹੈ ਪਨੋਈਆ ਜੋ ਹੈ ਇੱਥੇ ਸੁਲਤਾਨਪੁਰ ਲੋਧੀ ਲਿਆਏ। ਭਾਈ ਸਾਹਿਬ ਜੀ, ਬੇਬੇ ਨਾਨਕੀ ਹੋਰ ਪਿਤਾ ਨਾਨਕ ਦੇਵ ਜੀ ਦੇ ਮਹਾਰਾਜ ਦੀ ਕਿੰਨਾ ਉਮਰ ਵਿੱਚ ਫਰਕ ਸੀ? ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ 5 ਸਾਲ ਵੱਡੇ ਸੀਗੇ। 5 ਸਾਲ ਵੱਡੇ ਸੀ? ਅੱਛਾ ਜੀ, 5 ਸਾਲ ਦਾ ਫਰਕ। ਅੱਛਾ ਜੀ, ਅਤੇ ਇੱਥੇ ਆਏ ਫਿਰ ਮੋਦੀਖਾਨੇ ਵਿੱਚ ਉਹਨਾਂ ਨੇ ਕਿੰਨੇ ਦਿਨ ਆਪਣਾ ਕੰਮ ਕੀਤਾ? 14 ਸਾਲ 9 ਮਹੀਨੇ 13 ਦਿਨ ਹੀ ਇੱਥੇ ਰਹੇ ਨੇ। ਹਾਂਜੀ, ਗੁਰੂ ਸਾਹਿਬ ਇੰਝ ਕਹਿ ਲਓ 10 ਕੁ ਦਿਨ, 14 ਸਾਲ 9 ਮਹੀਨੇ 10 ਕੁ ਦਿਨ ਮਹਾਰਾਜ ਨੇ ਮੋਦੀਖਾਨਾ ਜਿਹੜਾ ਕੀਤਾ। ਅਤੇ ਮਤਲਬ ਇੰਨੇ ਪੀਰੀਅਡ ਵਿੱਚ ਉਹਨਾਂ ਨੇ ਮੋਦੀਖਾਨਾ ਵੀ ਕੀਤਾ, ਵਿਆਹ ਵੀ ਹੋਇਆ, ਬੱਚੇ ਵੀ ਹੋਏ। ਉਹ ਸੁਣਿਆ ਕਿ ਇੱਥੇ ਬਾਬਾ ਜੀ ਨੇ ਤਪੱਸਿਆ ਵੀ ਕੀਤੀ ਸੀ, ਤਪੱਸਿਆ ਦੇ ਬਾਰੇ ਇਤਿਹਾਸ ਦੱਸੋ, ਕਿਹੜਾ ਸਥਾਨ ਵਿੱਚ ਕਿਹ ਤਪੱਸਿਆ ਕੀਤੀ ਸੀ? ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਮੈਂ ਤੁਹਾਨੂੰ ਦੱਸਿਆ ਜੀ, ਉਹ ਮਹਾਰਾਜ ਦਾ ਘਰ ਹੈ ਸੀ ਜੀ। ਘਰ ਤੋਂ ਮਹਾਰਾਜ ਪਹਿਰ ਰਾਤ ਰਹਿੰਦੀ ਤੋਂ ਤੁਰ ਪੈਂਦੇ ਸਨ ਜੀ। ਪਹਿਰ ਰਾਤ ਰਹਿੰਦੀ ਤੋਂ ਮਹਾਰਾਜ ਤੁਰ ਕੇ ਅਤੇ ਇਹ ਜੋ ਲਾਹੌਰ ਨੂੰ ਪੱਤਣ ਜਾਂਦਾ ਸੀਗਾ ਜੀ, ਵੇਈ ਨਦੀ ਦਾ, ਇਹ ਜਿਹੜੀ ਵੇਈ ਨਦੀ ਹੈ ਇਹਨੂੰ ਤਮਸਾ ਨਦੀ ਵੀ ਕਹਿੰਦੇ ਆ। ਪੁਰਾਤਨ ਸਮਿਆਂ ਤੋਂ, ਯੁੱਗਾਂ ਯੁੱਗਾਂ ਤੋਂ ਸੁਲਤਾਨਪੁਰ ਲੋਧੀ ਦੇ ਨਾਲ ਦੀ ਕਹਿ ਕੇ ਲੰਘਦੀ ਰਹੀ ਹੈ ਅਤੇ ਸੁਲਤਾਨਪੁਰ ਲੋਧੀ ਦੇ ਨਾਮ ਵੀ ਬਦਲਦੇ ਰਹੇ ਹੈ। ਅੱਛਾ ਜੀ, ਪਹਿਲਾਂ ਇਸ ਦਾ ਨਾਮ ਜਿਹੜਾ ਸੀ ਉਹ ਸੀ ਤਮਸਾਵਾਨ। ਤਮਸਾਵਾਨ, ਹਾਂਜੀ। ਫਿਰ ਇਸ ਦਾ ਨਾਮ ਪੈ ਗਿਆ ਸਰਵਮਾਨਪੁਰ। ਸਰਵਮਾਨਪੁਰ, ਹਾਂਜੀ। ਉਸ ਤੋਂ ਬਾਅਦ ਫਿਰ ਇਸ ਨਗਰੀ ਦਾ ਜਿਹੜਾ ਨਾਮ ਸੀਗਾ ਉਹ ਪੀਰਾਂਪੁਰੀ ਵੀ ਇਹਨੂੰ ਕਹਿੰਦੇ ਰਹੇ। ਪੀਰਾਂਪੁਰੀ, ਹਾਂਜੀ। ਪੀਰਾਂਪੁਰੀ ਤੋਂ ਬਾਅਦ ਫਿਰ ਜੋ ਕਿ ਮਹਿਮੂਦ ਗਜਨਵੀ ਦਾ ਜਿਹੜਾ ਜਰਨੈਲ ਸੀ ਸੁਲਤਾਨ ਖਾਨ ਲੋਧੀ, ਅੱਛਾ ਜੀ, ਉਹਨੇ ਇਸ ਨਗਰੀ ਨੂੰ ਫਿਰ ਵਸਾਇਆ ਸੀ। ਇਹ ਉਜਾੜ ਪੁਜਾੜ ਦਿੱਤੀ ਸੀ। ਅੱਛਾ ਜੀ, ਮੁਗਲ ਕਾਲ ਦੇ ਵਿੱਚ। ਮੁਗਲ ਕਾਲ ਸੀ। ਤੇ ਉਹਦੇ ਬਾਅਦ ਫਿਰ ਸੁਲਤਾਨ ਖਾਨ ਲੋਧੀ ਨੇ ਇਹਨੂੰ ਵਸਾਇਆ ਜੀ, ਤਾਂ ਇਹਦਾ ਨਾਮ, ਉਹਦਾ ਨਾਂ ਸੀ ਸੁਲਤਾਨ ਖਾਨ ਲੋਧੀ। ਫਿਰ ਉਹਨੇ ਆਪਣੇ ਨਾਮ 'ਤੇ ਇਸ ਨਗਰ ਦਾ ਨਾਮ ਰੱਖਿਆ ਸੁਲਤਾਨਪੁਰ ਲੋਧੀ। ਅੱਛਾ ਜੀ। ਸੋ ਇਹ ਸੁਲਤਾਨਪੁਰ ਲੋਧੀ 'ਚ 15ਵੀਂ ਸਦੀ ਦੇ ਅਖੀਰ 'ਚ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਇੱਥੇ ਆਏ ਜੀ, ਅਤੇ ਆ ਕੇ ਨਵਾਬ ਦੌਲਤ ਖਾਂ ਦੇ ਮਹਾਰਾਜ ਮੋਦੀ ਲੱਗੇ। ਅੱਛਾ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।